ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੀ, ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਆ ਜੀ। ਜਿਸ ਦੇ ਵਿੱਚ ਅਗਰ ਮੈਂ ਗੱਲ ਕਰਾਂ, ਬਿਲਕੁਲ ਫਰੈਸ਼ ਨੋਟੀਫਿਕੇਸ਼ਨ ਜਿਹੜਾ ਰਿਕਰੂਟਮੈਂਟ ਦਾ ਉਹ ਆਊਟ ਕਰ ਦਿੱਤਾ ਗਿਆ ਹੈ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਜੀ। ਫਸਟ ਟਾਈਮ ਤੁਸੀਂ ਸਾਡੇ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓਗੇ। ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਆਊਟ ਹੋਈਆਂ ਨੇ, ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਜਿਹੜਾ ਉਹ ਕਰ ਸਕਦੇ ਹੋ। ਕਿੱਦਾਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ, ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਜੀ। ਕਿਸੇ ਵੀ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ। ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ। ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਮੈਂ ਤੁਹਾਡੇ ਲਈ ਹਰ ਤਰ੍ਹਾਂ ਦੀ ਵੈਕੈਂਸੀਜ਼ ਦੇ ਅਪਡੇਟ ਜਿਹੜੇ ਨੇ ਉਹ ਲੈ ਕੇ ਆਉਂਦਾ ਹੀ ਰਹਿਣਾ। ਤਾਂ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਇਸ ਰਿਕਰੂਟਮੈਂਟ ਦੇ ਬਾਰੇ ਵਿੱਚ ਜੀ। ਸਭ ਤੋਂ ਪਹਿਲੇ ਨੋਟੀਫਿਕੇਸ਼ਨ ਜਿਹੜਾ ਜੀ ਉਹ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗਨਾਈਜੇਸ਼ਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਦੇ ਲਈ ਤੁਸੀਂ ਜਿਹੜਾ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ। ਕਿੱਦਾਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ ਅੱਗੇ ਦੱਸਾਂਗਾ ਜੀ। ਇਸ ਦੇ ਵਿੱਚ ਅਲੱਗ ਅਲੱਗ ਨੋਟੀਫਿਕੇਸ਼ਨ ਜਿਹੜੇ ਨੇ ਉਹ ਆਊਟ ਕੀਤੇ ਗਏ ਨੇ, ਇਸ ਦੀ ਦੋ ਅਲੱਗ ਅਲੱਗ ਨੋਟੀਫਿਕੇਸ਼ਨ ਨੇ ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰਦੇ, ਇਸ ਦੀ ਐਪਲੀਕੇਸ਼ਨ ਫੀ ਜਿਹੜੀ ਹੈ ਉਹ ਨਿਲ ਰਹਿਣ ਵਾਲੀ ਹੈ, ਕਿਸੇ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਫੀ ਜਿਹੜੀ ਹੈ ਤੁਸੀਂ ਇੱਥੇ ਉਹ ਪੇ ਨਹੀਂ ਕਰਨੀ ਹੋਵੇਗੀ। ਇਸ ਦੇ ਵਿੱਚ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਤਿੰਨ ਤਰ੍ਹਾਂ ਦੀਆਂ ਅਲੱਗ ਅਲੱਗ ਵੈਕੈਂਸੀਜ਼ ਜਿਹੜੀਆਂ ਨੇ ਉਹ ਹੈਗੀਆਂ ਨੇ ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ। ਸਭ ਤੋਂ ਪਹਿਲਾਂ ਤਾਂ ਜੂਨੀਅਰ ਰਿਸਰਚ ਫੈਲੋ ਦੀ ਹੈ, ਦੈਨ ਰਿਸਰਚ ਐਸੋਸੀਏਟ ਦੀ ਹੈ, ਗ੍ਰੈਜੂਏਟ ਅਪ੍ਰੈਂਟਿਸ, ਡਿਪਲੋਮਾ ਅਪ੍ਰੈਂਟਿਸ ਅਤੇ ਟੈਕਨੀਸ਼ੀਅਨ ਅਪ੍ਰੈਂਟਿਸ ਦੀਆਂ ਵੈਕੈਂਸੀਜ਼ ਨੇ ਜਿਹੜੀਆਂ ਕਿ ਆਊਟ ਇੱਥੇ ਕੀਤੀਆਂ ਗਈਆਂ ਨੇ ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਉਹ ਕਰੋਗੇ ਜੀ। ਇਸ ਦੇ ਵਿੱਚ ਅਲੱਗ ਅਲੱਗ ਜਿਹੜੇ ਤੁਹਾਡੇ ਟ੍ਰੇਡਸ ਨੇ ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਇੱਥੇ ਕਰਨਾ ਹੋਵੇਗਾ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ, ਇਸ ਦੇ ਵਿੱਚ ਤੁਹਾਡੀ ਜਿਹੜੀ ਸਿਲੈਕਸ਼ਨ ਹੋਣੀ ਹੈ ਜੀ ਸਿਰਫ ਔਰ ਸਿਰਫ ਇੰਟਰਵਿਊ ਬੇਸਿਸ 'ਤੇ ਹੋਣੀ ਹੈ, ਕੋਈ ਵੀ ਅਦਰ ਮੋਡ ਜਿਹੜਾ ਇੱਥੇ ਅਪਲਾਈ ਕਰਨ ਦਾ ਉਹ ਨਹੀਂ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਸੈਲਰੀ ਦੀ, ਇੱਥੇ ਸੈਲਰੀ ਤੁਹਾਡੇ ਸਕੇਲ ਜਿਹੜਾ ਇੱਥੇ ਅਲੱਗ ਅਲੱਗ ਰਹਿਣ ਵਾਲਾ ਹੈ। ਜੂਨੀਅਰ ਰਿਸਰਚ ਫੈਲੋ ਦੇ ਲਈ 37,000 ਰੁਪਇਆ ਤੁਹਾਡਾ ਪਰ ਮੰਥ ਜਿਹੜੀ ਸੈਲਰੀ ਹੈ ਇੱਥੇ ਉਹ ਰਹਿਣ ਵਾਲੀ ਹੈ, ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਰਿਸਰਚ ਐਸੋਸੀਏਟ ਦੀ, 38,000 ਰੁਪਇਆ ਪਰ ਮੰਥ ਹੈ, ਕੰਸਲਟੈਂਟ ਦੀ 68,000, ਅਤੇ ਜਿਹੜੀ ਤੁਹਾਡੀ ਅਪ੍ਰੈਂਟਿਸ ਦੀਆਂ ਵੈਕੈਂਸੀਜ਼ ਨੇ ਉਹਦੇ ਲਈ ਐਜ਼ ਪਰ ਨੋਮਸ ਤੁਹਾਡੀ ਜਿਹੜੀ ਹੈ ਉਹ ਰਹੇਗੀ ਸਟਾਈਫੰਡ ਅਮਾਊਂਟ, ਠੀਕ ਹੈ, ਜੋ ਕਿ ਅਲੱਗ ਅਲੱਗ ਰਹਿੰਦੀ ਹੈ ਤੁਹਾਡੀ ਡਿਪਲੋਮਾ ਅਪ੍ਰੈਂਟਿਸ ਲਈ ਅਲੱਗ ਤੋਂ, ਠੀਕ ਹੈ ਜੀ, 10th ਪਾਸ ਵਾਲਿਆਂ ਲਈ, ITI ਵਾਲਿਆਂ ਲਈ ਅਲੱਗ ਤੋਂ ਰਹਿੰਦੀ ਹੈ। ਸੋ ਤੁਸੀਂ ਚੈੱਕ ਕਰ ਲੈਣਾ, ਇਸ ਦੇ ਵਿੱਚ ਮਿਨੀਮਮ ਏਜ 18 ਤੋਂ ਲੈ ਕੇ 28 ਸਾਲ ਤੱਕ ਦੇ ਕੈਂਡੀਡੇਟ ਇਲੀਜੀਬਲ ਨੇ ਅਪਲਾਈ ਕਰ ਸਕਦੇ ਨੇ, ਪੋਸਟ ਟੂ ਪੋਸਟ ਵੇਰੀ ਕਰਦਾ ਹੈ ਜੀ। ਤੁਸੀਂ ਇਹਦੇ ਲਈ ਚੈੱਕ ਕਰਕੇ ਜਿਹੜਾ ਉਹ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ। ਉਸ ਤੋਂ ਬਾਅਦ ਇਹਦੇ ਵਿੱਚ ਕੁਆਲੀਫਿਕੇਸ਼ਨ ਦੀ ਗੱਲ ਕਰਾਂ, ਗ੍ਰੈਜੂਏਸ਼ਨ ਰੈਲੀਵੈਂਟ ਡਿਸਿਪਲਿਨ 'ਚ ਕੀਤੀ ਹੈ, ਬੀਟੈਕ BE ਬੀਟੈਕ ਕੀਤੀ ਹੋਈ ਹੈ ਤੁਸੀਂ, ਗ੍ਰੈਜੂਏਸ਼ਨ ਰੈਲੀਵੈਂਟ ਡਿਸਿਪਲਿਨ 'ਚ ਹੈਗੀ ਹੈ, ਜਾਂ 10th ਪਲੱਸ ITI ਕੀਤੀ ਹੋਈ ਹੈ ਤੁਸੀਂ, ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਇਸ ਦੇ ਵਿੱਚ ਵੈਕੈਂਸੀਜ਼ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ, ਕੀ ਕੀ ਡਾਕੂਮੈਂਟ ਚਾਹੀਦੇ ਨੇ ਉਹ ਸਾਰੇ ਇੱਥੇ ਲਿਖੇ ਹੋਏ ਨੇ, ਤੁਸੀਂ ਚੈੱਕ ਕਰਕੇ ਇਹਦੇ ਲਈ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ। ਸਾਰੇ ਦੇ ਸਾਰੇ ਲਿੰਕ ਜਿਹੜੇ ਨੇ ਤੁਹਾਨੂੰ ਮੈਂ ਡਿਸਕ੍ਰਿਪਸ਼ਨ 'ਚ ਦੇ ਹੀ ਦੇਵਾਂਗਾ, ਸੋ ਤੁਸੀਂ ਚੈੱਕ ਕਰਕੇ ਇਹਦੇ ਲਈ ਅਪਲਾਈ ਜਿਹੜਾ ਉਹ ਜ਼ਰੂਰ ਨਾਲ ਕਰ ਲੈਣਾ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਵੈਕੈਂਸੀਜ਼ ਦੇ ਲਈ, ਸਾਰੇ ਲਿੰਕ ਜਿਹੜੇ ਨੇ ਤੁਹਾਨੂੰ ਇੱਥੋਂ ਮਿਲ ਹੀ ਜਾਂਦੇ ਨੇ, ਸੋ ਚੈੱਕ ਕਰਕੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ। ਫਿਰ ਵੀ ਕੋਈ ਡਾਊਟ ਰਹਿ ਜਾਂਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਵੈਕੈਂਸੀਜ਼ ਦੇ ਨੋਟੀਫਿਕੇਸ਼ਨ ਜਿਹੜੇ ਨੇ ਉਹ ਲੈ ਕੇ ਆਉਂਦਾ ਹੀ ਰਹਾਂਗਾ। ਸਾਰੇ ਲਿੰਕ ਦੇ ਜਿਹੜੇ ਨੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਮਿਲ ਹੀ ਜਾਣਗੇ, ਜ਼ਰੂਰ ਨਾਲ ਚੈੱਕ ਕਰਕੇ ਅਪਲਾਈ ਕਰ ਲਿਓ ਜੀ। ਅਤੇ ਚਲੋ ਇਹ ਅੱਜ ਦਾ ਨੋਟੀਫਿਕੇਸ਼ਨ ਸੀਗਾ, ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।